ਸਤਿਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹੋਏ ਸਾਧ ਸੰਗਤ ਜੀ, ਆਪ ਜੀ ਜਰਾ ਇਹ ਸੋਚੋ ਕਿ ਆਪਾਂ ਜੇ ਗੁਰਦੁਆਰੇ ਨੂੰ ਸਾਦਾ ਰੱਖ ਲਈਏ, ਭਾਵ ਉਹਦੇ 'ਤੇ ਮਹਿੰਗਾ ਪੱਥਰ ਆਦਿ ਨਾ ਲਾਈਏ, ਉੱਤੇ ਵੱਡੇ ਵੱਡੇ ਗੁੰਬਦ ਨਾ ਬਣਾਈਏ, ਕੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਆ ਕੇ ਨਹੀਂ ਵੱਸਣਗੇ? ਜਿਹੜੇ ਲਾ ਲਓ ਦੀ ਕੱਚੀ ਝੁੱਗੀ ਦੇ ਵਿੱਚ ਆ ਕੇ, ਕੱਚੇ ਮਕਾਨ 'ਚ ਆ ਕੇ ਰਹਿ ਸਕਦੇ ਨੇ, ਕੋਧਲੇ ਦੀ ਰੋਟੀ ਖਾ ਸਕਦੇ ਨੇ, ਕੀ ਉਹ ਸਾਡੇ ਸਾਦੇ 'ਚ ਗੁਰਦੁਆਰੇ 'ਚ ਨਹੀਂ ਆ ਕੇ ਰਹਿਣਗੇ? ਸੋ ਮੇਰੀ ਬੇਨਤੀ ਹੈ ਕਿ ਗੁਰਦੁਆਰੇ ਨੂੰ ਬਹੁਤ ਵਧੀਆ ਸੁੰਦਰ ਮਹਿੰਗੇ ਪੱਥਰ ਲਾ ਕੇ ਉਹਨੂੰ ਬਹੁਤਾ ਸਜਾਉਣ ਦੀ ਬਜਾਏ ਉਹਦੇ 'ਚੋਂ ਅੱਧਾ ਪੈਸਾ ਪਿੰਡ ਦੇ ਵਿੱਚ ਜਿਹੜੇ ਹੋਰ ਕੋਈ ਗਰੀਬ ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ 'ਤੇ ਖਰਚ ਕੀਤਾ ਜਾਵੇ। ਉਹਨਾਂ ਦੇ ਜੇ ਦੋ ਤਿੰਨਾਂ ਦੇ ਮਕਾਨ ਬਣ ਜਾਣਗੇ ਤਾਂ ਉਹ ਅੱਗੋਂ ਉਹਨਾਂ ਦੇ ਬੱਚੇ ਉਹ ਸਾਰੀ ਉਮਰ ਲਈ ਉਹ ਸਿੱਖ ਰਹਿਣਗੇ। ਜੇ ਆਪਾਂ ਨਹੀਂ ਕਰਾਂਗੇ ਤਾਂ ਦੂਸਰੇ ਪੰਥਾਂ ਵਾਲੇ ਉਹਨਾਂ ਨੂੰ ਖਿੱਚ ਕੇ ਲੈ ਜਾਣਗੇ। ਇਸ ਕਰਕੇ ਆਪਣੇ ਪੰਥ ਨੂੰ ਵਧਾਉਣ ਵਾਸਤੇ, ਆਪਣੇ ਸਿੱਖ ਵੀਰਾਂ ਨੂੰ ਬਚਾਉਣ ਵਾਸਤੇ, ਆਪਣੇ ਸਿੱਖ ਵੀਰਾਂ ਨੂੰ ਮਕਾਨ ਬਣਾ ਕੇ ਦਿਓ। ਉਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਵੱਸਦੇ ਨੇ, ਵਧੀਆ ਗੁਰਦੁਆਰਿਆਂ 'ਚ ਨਹੀਂ ਵੱਸਦੇ।